ਦੋਸਤੋ, ਬਹੁਤ ਸਾਰੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਹਨ, ਪਰ ਉਹਨਾਂ ਦਾ ਇਹ ਸੁਪਨਾ ਜਿਹੜਾ ਹੈਗਾ ਉਹ ਅਧੂਰਾ ਰਹਿ ਜਾਂਦਾ ਸਟੱਡੀ ਗੈਪ ਦੇ ਚੱਕਰ ਵਿੱਚ। ਸਟੱਡੀ ਗੈਪ ਅਗਰ ਤੁਹਾਡਾ ਹੈਗਾ ਤਾਂ ਤੁਸੀਂ ਕਮਰਸ, ਆਰਟਸ, ਨੋਨ ਮੈਡੀਕਲ ਜਾਂ ਕਿਸੇ ਵੀ ਵਿਸ਼ੇ ਵਿੱਚ 50% ਤੋਂ ਉੱਪਰ ਅਗਰ ਇਖਤਿਆਰ ਕੀਤੇ ਹੈ ਅਤੇ 2-3-5 ਸਾਲ ਦਾ ਗੈਪ ਹੈ, ਤਾਂ ਤੁਹਾਡਾ ਇੱਕੋ ਇੱਕ ਸੰਸਥਾ ਜਿਹੜੀ ਹੈਗੀ ਪੰਜਾਬ ਦੀ ਏ ਗ੍ਰੇਡ, ਉਹ ਤੁਹਾਡਾ ਇਹ ਕਾਟੋ ਕਲੇਸ਼ ਖਤਮ ਕਰ ਸਕਦੀ ਹੈ। ਐਪ੍ਰੈਂਟਿਸ਼ਿਪ ਚੋਇਸ ਬੇਸ ਕ੍ਰੈਡਿਟ ਟ੍ਰਾਂਸਫਰ ਸਿਸਟਮ ਦੇ ਥਰੂ ਜਾਂ RPL ਸਿਸਟਮ ਦੇ ਥਰੂ, ਤਾਂ RPL ਸਿਸਟਮ ਦੇ ਥਰੂ ਤੁਸੀਂ ਹੋਸਪਿਟੈਲਿਟੀ ਵਿੱਚ ਹੋਸਪਿਟਲ ਮੈਨੇਜਮੈਂਟ ਹੋਏ, ਹੋਟਲ ਮੈਨੇਜਮੈਂਟ ਹੋਏ, ਕਲਨਰੀ ਆਰਟਸ ਹੋਣ, ਪੇਸਟਰੀ ਕਨਫੈਕਸ਼ਨਰੀ ਦੇ ਕੋਰਸਿਸ ਹੋਣ, ਬੇਕਰੀ ਦੇ ਕੋਰਸਿਸ ਹੋਣ, ਤੁਹਾਨੂੰ ਇੱਕੋ ਇੱਕ ਸੰਸਥਾ ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ, ਜੋ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਨਾਲ ਉਹਦੀ ਸਿਸਟਰ ਕੰਸਰਨ ਕੈਲੋਬਰੇਜ 'ਤੇ ਰਜਿਸਟਰਡ ਹੈ, ਉਹ ਤੁਹਾਨੂੰ ਐਪ੍ਰੈਂਟਿਸ਼ਿਪ ਜਾਰੀ ਕਰਦੀ ਹੈਗੀ। ਨੰਬਰ 2, ਦੇਖੋ ਜਿਹੜਾ ਦੂਸਰੀ ਔਰਗਨਾਈਜੇਸ਼ਨ ਦੇ ਜਿਹੜੇ ਅਸੀਂ ਮੈਂਬਰ ਹਾਂ, ਬਹੁਤ ਹੀ ਵਧੀਆ, ਉਹਨੂੰ ਕਹਿੰਦੇ ਆ ਫਿਕਸੀ, ਫੂਡ ਇੰਡਸਟਰੀ ਕਪੈਸਿਟੀ ਐਂਡ ਸਕਿੱਲ ਇਨੀਸ਼ੀਏਟਿਵ, NSD ਦੇ ਅੰਦਰ ਵੀ ਅਸੀਂ ਆਉਂਦੇ ਹਾਂ, ਤਾਂ ਇਹ ਵਾਲੀ ਸੰਸਥਾ ਦਾ ਵੀ ਅਸੀਂ ਮੈਂਬਰਸ਼ਿਪ ਇੰਡਸਟਰੀ ਪਾਰਟਨਰਸ਼ਿਪ ਲਈ ਹੋਈ ਹੈ। ਤਾਂ ਦੋਸਤੋ, ਨੈਚੁਰਲੀ ਇੰਟਰਨੈਸ਼ਨਲ ਲੈਵਲ 'ਤੇ ਸਾਡਾ ਨਾਮ ਹੈ, ਤਾਂ ਸਾਡੇ ਹੋਸਪਿਟੈਲਿਟੀ ਮੈਨੇਜਮੈਂਟ ਸਕਿੱਲ ਦੀਆਂ ਐਪ੍ਰੈਂਟਿਸ਼ਿਪ ਹਰ 6-6 ਮਹੀਨੇ ਚੱਲਦੀਆਂ ਹਨ, ਅਤੇ ਇਸ ਤਰ੍ਹਾਂ ਹੀ 2 ਸਾਲ ਦੇ ਵਿੱਚ 4 ਐਪ੍ਰੈਂਟਿਸ਼ਿਪ ਜਿਹੜੀਆਂ ਕਿ ਬੇਸਿਕ, ਇੰਟਰਮੀਡੀਏਟ, L3, L4, ਇੱਕ ਸਾਲ ਦੇ ਵਿੱਚ ਅਗਰ ਤੁਸੀਂ 2 ਐਪ੍ਰੈਂਟਿਸ਼ਿਪ ਕਰਦੇ ਹੋ ਤਾਂ L1 L2 ਕਹਿ ਲਓ, ਜਾਂ ਬੇਸਿਕ ਅਤੇ ਇੰਟਰਮੀਡੀਏਟ ਹੁੰਦੀਆਂ, ਅਤੇ ਅਗਰ 3 ਸਾਲ ਕਰਨੀ ਹੈ ਤਾਂ ਬੇਸਿਕ ਹੋ ਗਈ, ਇੰਟਰਮੀਡੀਏਟ ਹੋ ਗਈ, L3 ਹੋ ਗਈ, L4 ਹੋ ਗਈ, L5 ਹੋ ਗਈ, L6 ਹੋ ਗਈ, ਤਾਂ 3 ਸਾਲ ਦਾ ਗੈਪ, ਅਤੇ ਇਸ ਤੋਂ ਵਧੇਰੇ ਵੀ ਗੈਪ ਤੁਹਾਡਾ ਹੋਸਪਿਟੈਲਿਟੀ ਟੈਕਨੀਕਸ ਦਾ ਚੋਇਸ ਬੇਸ ਕ੍ਰੈਡਿਟ ਟ੍ਰਾਂਸਫਰ ਦੇ ਸਿਸਟਮ ਦੇ ਨਾਲ ਜਸਟੀਫਾਈ ਹੋ ਜਾਂਦਾ। ਤਾਂ ਤੁਸੀਂ ਅਗਰ ਕੈਨੇਡਾ, UK ਇੱਧਰਲੀ ਕੰਟਰੀਆਂ ਵਿੱਚ ਜਾਣਾ ਚਾਹੁੰਦੇ ਹੋ, ਯੂਨਾਈਟਿਡ ਕਿੰਗਡਮ, ਇੰਗਲੈਂਡ ਵਿੱਚ ਜਾਣਾ ਚਾਹੁੰਦੇ ਹੋ, ਤੁਹਾਡਾ ਰਾਹ ਪੱਧਰਾ ਕਰਦਾ ਹੈਗਾ ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ ਦੀ ਸਿਸਟਰ ਕੰਸਰਨ, ਜੋ ਕਿ ਟੌਪ ਮੋਸਟ ਗ੍ਰੀਨ ਬਿਲਡਿੰਗ ਕੌਂਸਲ ਜਿਹੜਾ ਹੈਗਾ ਕੰਸੈਪਟ, ਉਹਦੀ ਵੀ ਮੈਂਬਰ ਹੈਗੇ ਅਸੀਂ, ਜਿਹੜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ, ਗ੍ਰੀਨ ਬਿਲਡਿੰਗ ਕੌਂਸਲ, ਹੋਟਲ ਵੀ ਗ੍ਰੀਨ ਬਿਲਡਿੰਗ ਹੋ ਰਹੇ ਹਨ, ਹੋਸਪਿਟੈਲਿਟੀ ਲਾਈਨ ਗ੍ਰੀਨ ਬਿਲਡਿੰਗ ਹੋ ਰਹੀ ਹੈ, ਤਾਂ ਇਹਦੀ ਲਾਰਜ, ਬਹੁਤ ਜ਼ਿਆਦਾ ਲਾਰਜ ਡਿਵੈਲਪਮੈਂਟ ਹੋ ਰਹੀ ਹੈ। ਤਾਂ ਆਹ ਦੇਖੋ, ਏਅਰਪੋਰਟਸ ਹੋ ਰਹੇ ਹਨ, ਬੈਂਕ ਹੋ ਰਹੇ ਹਨ, ਮੈਟਰੋ ਸਟੇਸ਼ਨ ਹੋ ਰਹੇ ਹਨ, ਵੇਅਰ ਹਾਊਸਿਸ ਹੋ ਰਹੇ ਹਨ, ਹੋਟਲਸ, ਇੰਸਟੀਟਿਊਸ਼ਨ, ਹੋਸਪਿਟਲ, IT ਪਾਰਕਸ, ਲੈਬੋਰਟਰੀਜ਼, ਰੇਲਵੇ ਸਟੇਸ਼ਨ ਅਤੇ ਅਪਾਰਟਮੈਂਟ ਅਤੇ ਸਕੂਲ, ਇਹਨਾਂ ਸਾਰਿਆਂ ਵਿੱਚ, ਟਾਊਨਸ਼ਿਪਸ ਦੇ ਵਿੱਚ ਵੀ ਗ੍ਰੀਨ ਬਿਲਡਿੰਗ ਕੌਂਸਲ ਦੀ ਸਰਟੀਫਿਕੇਸ਼ਨ ਦੀ ਆਉਣ ਵਾਲੇ ਟਾਈਮ ਜ਼ਰੂਰਤ ਪੈਂਦੀ ਹੈ। ਇਹ ਲੋਗੋ ਪਛਾਣੋ, ਸਾਡੀ ਸੰਸਥਾ ਇਹਦੀ ਵੀ ਮੈਂਬਰ ਅਤੇ ਇੰਡਸਟਰੀ ਪਾਰਟਨਰ ਹੈ। ਤਾਂ ਦੋਸਤੋ, IGBC ਦੇ ਵਿੱਚ ਹਜੇ ਚੰਡੀਗੜ੍ਹ ਮੈਟਰੋ, ਵੱਡੇ ਵੱਡੇ ਸ਼ਹਿਰਾਂ 'ਚ ਹੀ IGBC ਬਾਰੇ ਪਤਾ ਹੈ, ਪਰ ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ ਦੇ ਇਹਦੀ ਸਿਸਟਰ ਕੰਸਰਨ ਫੈਡਰੇਸ਼ਨ ਆਫ ਸਕਿੱਲ ਡਿਵੈਲਪਮੈਂਟ ਅੱਜ ਹੀ ਇਸ ਰਾਹ ਦੇ ਵਿੱਚ ਚੱਲ ਪਈ ਹੈ। ਇਸੀ ਕਾਰਨ ਨੈਨੀ ਜਾਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੀ ਐਪ੍ਰੈਂਟਿਸ਼ਿਪ ਵੀ ਬਹੁਤ ਉੱਪਰ ਚਲੀ ਗਈ ਹੈ, ਕਿਉਂਕਿ ਅਸੀਂ ਡੋਮੈਸਟਿਕ ਸੈਕਟਰ ਸਕਿੱਲ ਕੌਂਸਲ ਦੇ ਵੀ ਇੰਡਸਟਰੀ ਪਾਰਟਨਰ ਹਾਂ। ਡੋਮੈਸਟਿਕ ਸੈਕਟਰ ਸਕਿੱਲ ਕੌਂਸਲ ਦੇ ਵੀ ਅਸੀਂ ਪੂਰੇ ਇੰਡੀਆ, ਗੌਰਮੈਂਟ ਆਫ ਇੰਡੀਆ ਦੀ ਜਿਹੜੀ ਬਾਡੀ ਹੈ ਉਹਦੇ ਇੰਡਸਟਰੀ ਪਾਰਟਨਰ ਹਾਂ, ਉੱਥੇ ਤੁਸੀਂ ਸਾਡਾ ਲੋਗੋ ਦੇਖ ਸਕਦੇ ਹੋ। ਦੋਸਤੋ, ਅਗਰ ਅੱਛਾ ਲੱਗਿਆ ਤਾਂ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ। ਸਾਡਾ ਚੈਨਲ ਜ਼ਰੂਰ ਦੇਖੋ, ਬਾਬਾ ਦੀਪ ਸਿੰਘ ਇੰਸਟੀਚਿਊਟ ਚੈਨਲ, ਅਤੇ ਇਸ ਤਰ੍ਹਾਂ ਹੀ ਲਾਈਕ ਅਤੇ ਸ਼ੇਅਰ ਕਰਦੇ ਰਹੋ। ਵੈਬਸਾਈਟ ਦੇਖੋ, www.paramedicalindia.com, ਉਹਦੇ ਉੱਪਰ ਜਾ ਕੇ ਰਿਕੋਗਨੀਸ਼ਨ ਵਾਲੀ ਜਗ੍ਹਾ 'ਤੇ ਕਲਿੱਕ ਕਰੋ, ਤਾਂ ਤੁਹਾਨੂੰ 500 ਤੋਂ ਵੱਧ ਤੁਹਾਨੂੰ ਮਿਲਣਗੀਆਂ ਵੀਡੀਓਜ਼, ਅਲੋਂਗ ਵਿਦ ਟੈਸਟੀਮੋਨੀਅਲਸ, ਅਲੋਂਗ ਵਿਦ ਤੁਹਾਨੂੰ ਡਾਕੂਮੈਂਟਸ ਮਿਲਣਗੇ ਜਿਹੜੇ ਕਿ ਸਰਟੀਫਾਈ ਕਰਦੇ ਆ ਸਾਡੀ ਸੰਸਥਾ ਨੂੰ, ਰਿਕੋਗਨੀਸ਼ਨ ਦੇ ਬਾਰੇ, ਪਾਰਟਨਰਸ਼ਿਪ ਦੇ ਬਾਰੇ, ਲਿੰਕੇਜ ਦੇ ਬਾਰੇ, ਐਸੋਸੀਏਸ਼ਨ ਬਾਰੇ ਅਤੇ ਐਕਰੀਡੀਟੇਸ਼ਨ ਦੇ ਬਾਰੇ। ਧੰਨਵਾਦ ਦੋਸਤੋ।